ਸਤਿ ਸ੍ਰੀ ਅਕਾਲ ਜੀ। ਅਜੀਤ ਵੈਬ ਟੀ ਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ। ਮੈਂ ਹਾਂ ਕਮਲਪ੍ਰੀਤ ਸਿੰਘ ਅਤੇ ਰੋਜ਼ਾਨਾ ਦੀ ਤਰ੍ਹਾਂ ਆਓ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ 'ਤੇ। ਲੁਧਿਆਣਾ 'ਚ ਅਪੰਗਤਾ ਦਿਹਾੜੇ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਬੇਰੁਜ਼ਗਾਰ ਅਪੰਗ ਨੌਜਵਾਨਾਂ ਨੇ ਕੀਤਾ ਪ੍ਰਦਰਸ਼ਨ। ਪਤਨੀ ਤੋਂ ਦੁਖੀ ਪਤੀ ਨੇ ਪਟਿਆਲਾ ਦੀ ਭਾਖੜਾ ਨਹਿਰ 'ਚ ਮਾਰੀ ਛਾਲ, ਨਾਜਾਇਜ਼ ਸਬੰਧਾਂ ਤੋਂ ਸੀ ਪਰੇਸ਼ਾਨ। ਚਮੁੰਡਾ ਦੇਵੀ ਤੋਂ ਪਠਾਨਕੋਟ ਆ ਰਹੀ ਬੱਸ ਪਲਟੀ, 21 ਸਵਾਰੀਆਂ ਜ਼ਖਮੀ। ਭੋਪਾਲ ਗੈਸ ਤ੍ਰਾਸਦੀ ਦੀ ਅੱਜ 33ਵੀਂ ਬਰਸੀ ਤੇ ਲੋਕਾਂ ਨੇ ਕਫਨ ਪਾ ਕੇ ਕੀਤਾ ਪ੍ਰਦਰਸ਼ਨ। ਅਤੇ ਕੇਰਲ ਤਾਮਿਲਨਾਡੂ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਔਖੀ ਚੱਕਰਵਾਤ ਗੁਜਰਾਤ ਵੱਲ ਵਧਿਆ, ਹੁਣ ਤੱਕ 19 ਮੌਤਾਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅੰਤਰਰਾਸ਼ਟਰੀ ਅਪੰਗਤਾ ਦਿਵਸ ਤੇ ਲੁਧਿਆਣਾ ਵਿੱਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਬੇਰੁਜ਼ਗਾਰ ਅਪੰਗ ਨੌਜਵਾਨਾਂ ਨੇ ਸਰਕਾਰ ਤੇ ਚੋਣ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਪੰਗ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਅਧਿਕਾਰੀ ਨੇ ਪ੍ਰਦਰਸ਼ਨ ਕਰ ਰਹੇ ਅਪੰਗ ਨੌਜਵਾਨਾਂ ਨਾਲ ਗੱਲ ਕਰਕੇ ਸ਼ਾਂਤ ਕਰਵਾਇਆ। ਉਹਦੇ ਵਿੱਚ ਸਾਡੇ ਕੋਲ ਅਬਾਊਟ 90,000 ਸਾਰੇ ਅਲੱਗ ਅਲੱਗ ਕਾਰਨਾਂ ਕਰਕੇ ਇਹੋ ਜਿਹੇ ਪੈਨਸ਼ਨਰ ਹੈਗੇ, ਪੈਨਸ਼ਨ ਲਾਭਪਾਤਰੀ ਹੈ ਜਿਨ੍ਹਾਂ ਦੀ ਪੈਨਸ਼ਨ ਅਸੀਂ ਸਟੋਪ ਕੀਤੀ ਹੈ। ਪਰ ਇੱਕ ਮਹੀਨੇ ਦਾ ਸਮਾਂ ਅਸੀਂ ਦਿੱਤਾ ਹੈ ਕਿਉਂਕਿ ਡਿਪਟੀ ਕਮਿਸ਼ਨਰ ਦੇ ਲੈਵਲ ਤੇ ਵੈਰੀਫਿਕੇਸ਼ਨ ਹੋਈ ਸੀ ਫਾਈਨਲੀ, ਤੇ ਜਿਸ ਸਪੋਜ਼ਿੰਗ ਕਿਸੇ ਕਾਰਨ ਕਰਕੇ ਸਾਨੂੰ ਉਹ ਲਾਭਪਾਤਰੀ ਕਰ ਨਹੀਂ ਮਿਲੇ, ਹਾਲੇ ਵੀ ਅਸੀਂ ਇਹਨਾਂ ਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਹੈ। ਜਿਨ੍ਹਾਂ ਦੀ ਪੈਨਸ਼ਨ ਨਹੀਂ ਮਿਲ ਰਹੀ ਹੈ ਉਹ ਉੱਥੇ ਆਪਣਾ ਰਿਪ੍ਰੈਜੈਂਟੇਸ਼ਨ ਦੇ ਸਕਦੇ ਨੇ, ਤੇ ਜੇ ਸਪੋਜ਼ ਸਿਰਫ ਇਸ ਕਾਰਨ ਕਰਕੇ ਕਿ ਉਹ ਸਾਨੂੰ ਕਰ ਨਹੀਂ ਮਿਲਿਆ ਜਾਂ ਉਹਨਾਂ ਦੇ ਵੇਅਰ ਅਬਾਊਟ ਸਾਨੂੰ ਨਹੀਂ ਮਿਲੇ ਪਰ ਉਹ ਜੈਨੂਇਨ ਪਰਸਨ ਹੈਗੇ ਨੇ, ਤਾਂ ਅਸੀਂ ਉਹਨਾਂ ਦੀ ਦੁਬਾਰਾ ਸਟਾਰਟ ਕਰ ਦਿਆਂਗੇ। ਬਟ ਇਸ ਵੈਰੀਫਿਕੇਸ਼ਨ ਤੋਂ ਬਾਅਦ ਕਾਫੀ ਹੱਦ ਤੱਕ ਸਾਡੀ ਜਿਹੜੀ ਹੈਗੀ ਹੈ ਹੁਣ ਲਾਭਪਾਤਰੀ ਦੀ ਗਿਣਤੀ ਹੈ ਉਹ ਵੈਰੀਫਾਈ ਹੋ ਚੁੱਕੀ ਹੈ, ਤੇ ਫੇਕ ਜਾਂ ਡੁਪਲੀਕੇਟ ਜਾਂ ਜਿਹੜੇ ਅਲਾਈਵ ਨਹੀਂ ਹੈ ਜਾਂ ਯੋਗ ਨਹੀਂ ਹੈ ਉਹ ਕਾਫੀ ਹੱਦ ਤੱਕ ਕੱਟੇ ਗਏ ਨੇ, ਆਲਮੋਸਟ 90,000 ਜਿਹੜੇ ਨੇ ਇਸ ਤਰ੍ਹਾਂ ਦੇ ਪਾਏ ਗਏ ਨੇ। ਪਤਨੀ ਤੋਂ ਪਰੇਸ਼ਾਨ ਪਤੀ ਨੇ ਪਟਿਆਲਾ ਦੀ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ ਤੇ ਗੋਤਾਖੋਰਾਂ ਨੇ ਬਚਾ ਲਿਆ। ਪੀੜਿਤ ਵਿਅਕਤੀ ਅਵਿਨਾਸ਼ ਕੁਮਾਰ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦੇ ਨਾਜਾਇਜ਼ ਸੰਬੰਧ ਹਨ ਅਤੇ ਰੋਕਣ ਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਪੁਲਿਸ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪੁਲਿਸ ਵੱਲੋਂ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਂ ਆਪਣੀ ਕੁੜੀਆਂ ਕਰਕੇ ਜੀਣਾ ਚਾਹੁੰਦਾ ਪਰ ਜਨਾਨੀ ਮੈਨੂੰ ਜੀ ਨਹੀਂ ਦਿੰਦੀ, ਸਾਰੇ ਸਾਹਮਣੇ ਸੱਚੀ ਬਣ ਜਾਂਦੀ ਹੈ। ਅਸਲੀ ਰੋਲ ਇਹਦਾ ਮਾਂ ਅਤੇ ਦੋਨਾਂ ਅਤੇ ਮਾਵਾਂ ਧੀਆਂ ਦੀ ਘਰ ਆਸਾਨੀ ਹੈ ਜੀ। ਵਿਆਹ ਕਿੰਨੇ ਚਿਰ ਹੋ ਗਿਆ ਤੁਹਾਡੇ ਹੋਏ ਨੂੰ, ਕਿੰਨੇ ਪਹਿਲਾਂ ਹੋਏ ਸੀ? 14 ਸਾਲ ਹੋ ਗਏ ਜੀ। ਇਹ ਅਵਿਨਾਸ਼ ਕੁਮਾਰ ਨਾਮ ਦਾ ਲੜਕਾ ਹੈ, ਅਰਬਨ ਸਟੇਟ ਰਹਿਣ ਵਾਲਾ, ਅਤੇ ਇੱਥੇ ਆ ਕੇ ਇਹਨੇ ਨਹਿਰ ਦੇ ਵਿੱਚ ਛਾਲ ਮਾਰਤੀ, ਜਿਨ੍ਹਾਂ ਨੂੰ ਮੌਕੇ 'ਤੇ ਹੀ ਗੋਤਾਖੋਰਾਂ ਨੇ ਕੱਢ ਲਿਆ। ਕੋਈ ਇਹਦਾ ਨੁਕਸਾਨ ਨਹੀਂ ਹੋਇਆ ਅਤੇ ਇਹਨੂੰ ਰਜਿੰਦਰਾ ਦੇ ਵਿੱਚ ਹੁਣ ਐਡਮਿਟ ਕਰਵਾਇਆ ਜਾ ਰਿਹਾ ਅਤੇ ਉਹ ਤੋਂ ਬਾਅਦ ਇਹਦਾ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਅਮਲ 'ਚ ਲਿਆਂਦੀ ਜਾਊਗੀ। ਕਾਰਨ ਅਜੇ ਤੱਕ ਨਹੀਂ ਪਤਾ ਹੈਗਾ, ਅਸੀਂ ਇਨਵੈਸਟੀਗੇਟ ਕਰਕੇ ਮੈਟਰ ਫਿਰ ਤੁਹਾਨੂੰ ਦੱਸਾਂਗੇ। ਚਮੁੰਡਾ ਦੇਵੀ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਆ ਰਹੀ ਹਿਮਾਚਲ ਪਰਿਵਹਨ ਨਿਗਮ ਦੀ ਬੱਸ ਨੂਰਪੁਰ ਦੇ ਚੌਗਾਨ ਕੋਲ ਹਾਦਸਾ ਗ੍ਰਸਤ ਹੋ ਗਈ। ਇਸ ਦੌਰਾਨ 21 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਕਾਫੀ ਗੰਭੀਰ ਹੈ। ਇਹ ਦੁਰਘਟਨਾ ਅੱਜ ਸਵੇਰੇ ਉਸ ਸਮੇਂ ਹੋਈ ਜਦੋਂ ਬੱਸ ਡਰਾਈਵਰ ਇੱਕ ਟਰੱਕ ਨੂੰ ਪਾਸ ਕਰਕੇ ਅੱਗੇ ਨਿਕਲਣ ਦੇ ਚੱਕਰ ਵਿੱਚ ਬੱਸ ਤੋਂ ਸੰਤੁਲਨ ਗੁਆ ਬੈਠਾ ਅਤੇ ਬੱਸ ਸੜਕ ਤੋਂ ਹੇਠਾਂ ਡੂੰਘਾਈ ਵਿੱਚ ਪਲਟ ਗਈ। ਭੋਪਾਲ ਗੈਸ ਤ੍ਰਾਸਦੀ ਦੀ 33ਵੀਂ ਬਰਸੀ ਤੇ ਲੋਕਾਂ ਨੇ ਕਫਨ ਪਾ ਕੇ ਪ੍ਰਦਰਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ 3 ਦਸੰਬਰ 1984 ਦੀ ਅੱਧੀ ਰਾਤ ਨੂੰ ਭੋਪਾਲ 'ਚ ਯੂਨੀਅਨ ਕਾਰਬਾਈਡ ਪਲਾਂਟ 'ਚੋਂ ਗੈਸ ਲੀਕ ਹੋਣ ਕਾਰਨ ਕਰੀਬ 22,000 ਲੋਕ ਮਾਰੇ ਗਏ ਅਤੇ ਲੱਖਾਂ ਦੇ ਕਰੀਬ ਲੋਕ ਵਿਕਲਾਂਗ ਹੋ ਗਏ। ਇਸ ਘਟਨਾ ਨੂੰ ਦੁਨੀਆ ਦੀ ਉਦਯੋਗਿਕ ਇਤਿਹਾਸ ਦੀ ਸਭ ਤੋਂ ਵੱਡੀ ਦੁਰਘਟਨਾ ਮੰਨਿਆ ਜਾਂਦਾ ਹੈ। ਹਮਾਰੀ ਸਰਕਾਰ ਕੀ ਤਰਫ ਸੇ ਅਭੀ ਕੋਈ ਸੁਵਿਧਾ ਨਹੀਂ ਮਿਲੀ, ਬਸ ਵਹੀ 25,000 ਰੁਪਏ ਦੀਏ ਵਹੀ ਸਹੀ ਹੈ। ਹਮਾਰਾ ਬੜਾ ਲੜਕਾ ਖਤਮ ਹੋ ਗਿਆ, 22 ਸਾਲ ਕਾ ਹੋ ਕੇ ਲੜਕੀ 7 ਸਾਲ ਕੀ ਹੋ ਕੇ ਖਤਮ ਹੋਈ, 25,000 ਦੀਏ ਬਸ, ਇਸ ਤੋਂ ਇਲਾਵਾ ਹਮੇ ਹੋਰ ਕੁਛ ਨਹੀਂ ਦੀਏ, ਕੋਈ ਸਹਾਇਤਾ ਨਹੀਂ ਹੈ। ਗੁਜਰਾਤ ਦੇ ਭਰੂਚ 'ਚ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਰੈਲੀ 'ਚ ਸੰਬੋਧਨ ਦੌਰਾਨ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਗੁਜਰਾਤ 'ਚ ਭਾਜਪਾ ਦੀ ਹਨੇਰੀ ਚੱਲ ਰਹੀ ਹੈ।
कांग्रेस से निशाना साधते हुए प्रधानमंत्री मोदी ने कहा कि उत्तर प्रदेश च कांग्रेस के वड्डे नेता पंडित नहरू तो लैके सोनिया ते राहुल गांधी तक की करम भूमि रही है, पर फिर भी उत्थों दियां निगम चोणां च कांग्रेस का सफाया हो गया। कांग्रेस नूं चंगी तरह पता लग गया है कि हुण गुजरात च की होण वाला है। रक्षा मंत्री निर्मल सीतारमन ने आज चक्रवाती तूफान ओखी विच फसे मछेरियां दे बचाव कार्य का जायजा लिया। इस दौरान वह केरल के तिरुवनंतपुरम ते तमिलनाडु के कन्याकुमारी पहुंचे। कन्याकुमारी जिले के 1000 मछेरे लापता हैं। ये मछेरे 4 दिन पहला 100 किश्तियां विच मच्छी फड़न गए सी। केरला के 900 मछेरे महाराष्ट्र के सिंधु दुर्ग जिले के तट से सही सलामत पहुंच गए हैं। तूफान विच 4 होर लोगों की मौत नाल मरण वालों की गिनती वध के 19 हो गई है। मौसम विभाग अनुसार अगले 2 दिनों च दक्षणी गुजरात विच तूफान पहुंच जाएगा। रक्षा मंत्री निर्मला सीतारमन ने कहा कि हजारों मछेरियां के गायब होने की खबर सही नहीं, जिस विच 97 तमिलनाडु तो लापता हैं, जिन्हां विचों 71 नूं बचा लिया गया है। नेवी कोस्ट गार्ड ते एयरफोर्स तमिलनाडु ते केरल विच बचाव कार्य विच लगे हुए हैं। श्रोमणी गुरुद्वारा प्रबंधक कमेटी के नवे बने प्रधान भाई गोबिंद सिंह लौंगोवाल ने संगरूर विखे कहा कि पिछले समय दौरान श्रोमणी कमेटी विच हुई नियुक्तियां की जांच करवाई जाएगी, ता जो इस संबंधी उठे विवाद की असलीयत सामने आ सके। सिख नौजवानों विच वधे पतित पुने की प्रवृत्ति नूं भी ठल पाउणा श्रोमणी कमेटी प्रधान ने अपनी मुढ़ली प्राथमिकता करार दिता। मुतवाजी जत्थेदारां बारे उन्हां स्पष्ट करदिआं कहा, केशरी अकाल तख्त सर्वोत्तम है अते इत्थों जो आदेश जारी होवेगा उसकी पालना की जाएगी। लुधियाना एसटीएफ पुलिस ने 2 नौजवानों नूं काबू करके उन्होंने कब्जे विचों 2 करोड़ रुपए के मुल की हैरोइन बरामद की है। इंचार्ज हरबंस सिंह ने दस्या कि काबू किए गए नौजवानों खिलाफ केस दर्ज कर लिया गया है ते इन्हां पासों होर भी पुछ पड़ताल की जा रही है। 2 बंदे खड़े ने, 400 ग्राम के करीब इन्हों तो हैरोइन बरामद हुई है। 1 तो 20 ग्राम फड़ी गई है, 1 तो 380 ग्राम। यह मोती नगर के एरिए खड़े ने। दोषियों की पछाण मौके पर रिकवरी हुई है। यह नाका लग्या सीगा, उत्थे काबू किए ने इन्हों। हाँ, ये करीब 2-2.5 करोड़ के करीब। दोनों एक्टिवा स्कूटर ते सी। हाँ जी, हाँ जी। ये काफ़ी पुराने काम कर रहे हैं, 5-6 साल हो गए हैं। पहला भी मुकदमे दर्ज ने। अगे रिमांड लैके कार्रवाई करेंगे, देखेंगे की है। बीते शुक्रवार लुधियाना के 21 साल नौजवान अखिल तांगड़ी की ऑकलैंड के मायरी बीच से समुद्र विच डुबन नाल मौत हो गई। अपने एक दोस्त के जन्मदिन की पार्टी तो बाद वह बीच उत्ते अपने 2 दोस्तों के नाल घूमन गया। उत्थे पानी विच तैरते हुए अखिल एक छल की लपेट विच आ गया, जो उसकी मौत का कारण बनी। उक्त नौजवान जुलाई महीने ही ऑकलैंड विखे पढ़न आया सी। भारतीय हाई कमिशन इस दुख की कड़ी च परिवार के नाल संपर्क विच है। बीती देर रात जलंधर अमृतसर मार्ग ते पैंदे वेरका मिल्क प्लांट के नज़दीक ट्रक कार की टक्कर विच DIG जलंधर के गनमैन समेत 4 लोग जख्मी हो गए। हादसे तो बाद ट्रक चालक फरार हो गया। कार सवार पिंड सराय खास तो जलंधर रेलवे स्टेशन जा रहे सन। पुलिस ने ट्रक नूं कब्जे विच लैके जांच शुरू कर दी है। अपनी सराय खास जरा इतने उसे ग्डी आ एक 4 विद्यार्थी सवार सन, तो 2 बच्चे से 2 जेंट से जो अपने मैडम लैन स्टेशन पर जा रहे थे, जो कि ट्रक अगे ट्राला बड़ा ट्रक अगे जा रहा है, पिछे गड्डी बजी आ। इन्वेस्टिगेशन जारी है, जो कि जख्मियों हस्पताल ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਵੇਖਦੇ ਰਹੋ ਅਜੀਤ ਵੈਬ TV।